ਸਾਬਕਾ ਜਗਰਾਜ ਸਿੰਘ ਲੰਬੜ ਦਾ ਪਿੰਡ ਕੰਗ ਸਾਹਿਬ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਯੂ ਪੀ ਆਈ ਦਾ। ਮੇਰੇ ਦਾਦਾ ਜੀ ਸਰਦਾਰ ਚਰਨ ਸਿੰਘ ਜਿਨ੍ਹਾਂ ਨੇ ਲੰਬੜਦਾਰੀ ਕੀਤੀ, ਆਪਣੇ ਟਾਈਮ ਬੜੇ ਸੁਚੱਜੇ ਢੰਗ ਨਾਲ ਲੋਕਾਂ ਦੀ ਬਹੁਤ ਸੇਵਾ ਕੀਤੀ ਅਤੇ ਉਹਨਾਂ ਦੇ ਕੰਮ ਕਾਰ ਕਰਵਾਏ। ਉਸ ਤੋਂ ਬਾਅਦ ਮੇਰੇ ਪਿਤਾ ਜੀ ਸਰਦਾਰ ਚਰਨ ਲਸ਼ਕਰ ਸਿੰਘ, ਉਹਨਾਂ ਨੇ ਵੀ ਬਤੌਰ ਲੰਬੜਦਾਰੀ ਕੰਮ ਕਾਰ ਕੀਤਾ, ਉਹਨਾਂ ਨੇ ਵੀ ਚੰਗੀ ਸੇਵਾ ਨਿਭਾਈ ਅਤੇ ਪਿੰਡ ਦੇ ਬਹੁਤ ਅਨੇਕਾਂ ਹੀ ਕੰਮ ਕੀਤੇ। ਮੇਰੇ ਪਿਤਾ ਜੀ ਇੱਕ ਸਧਾਰਨ ਜ਼ਿਮੀਂਦਾਰ ਸਨ। ਮੇਰੇ ਪਿਤਾ ਜੀ ਸਰਦਾਰ ਲਸ਼ਕਰ ਸਿੰਘ ਨੇ ਮੈਟ੍ਰਿਕ ਪਾਕਿਸਤਾਨ ਵਿੱਚੋਂ ਕੀਤੀ ਹੋਈ ਸੀ ਅਤੇ ਇੱਥੇ ਆ ਕੇ ਲੰਬੜਦਾਰੀ ਦਾ ਕਿੱਤਾ ਕੀਤੀ, ਲੰਬੜਦਾਰੀ ਕੀਤੀ ਅਤੇ ਲੋਕਾਂ ਦੀ ਸੱਚੇ ਢੰਗ ਨਾਲ ਸੇਵਾ ਕੀਤੀ। ਮੈਂ ਉਸ ਤੋਂ ਬਾਅਦ ਮੈਂ ਸਰਦਾਰ ਜਗਰਾਜ ਸਿੰਘ ਲੰਬੜਦਾਰੀ ਨਾਲ ਖੇਤੀਬਾੜੀ ਕਰ ਰਿਹਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਜੋ ਵੀ ਹੁੰਦੀਆਂ ਉਹਨਾਂ ਨੂੰ ਸੱਚੇ ਢੰਗ ਨਾਲ ਹੱਲ ਕਰਕੇ ਉਹਨਾਂ ਦਾ ਨਿਪਟਾਰਾ ਕਰਵਾਉਂਦਾ ਹੈ। ਮੈਂ ਪਿੰਡ ਖੰਗ ਸਾਹਿਬ ਤੋਂ ਮਿਡਲ ਕਲਾਸ ਕੀਤੀ, ਉਸ ਤੋਂ ਬਾਅਦ ਪ੍ਰਤਾਪਰਾ ਸਰਕਾਰੀ ਹਾਈ ਸਕੂਲ ਵਿੱਚ ਮੈਟ੍ਰਿਕ ਕੀਤੀ, ਉਸ ਤੋਂ ਬਾਅਦ ਲਾਇਲਪੁਰ ਖਾਲਸਾ ਕਾਲਜ ਅਤੇ ਬੀ ਏ ਤੱਕ ਕੀਤੀ ਮੈਂ। ਅਤੇ ਉਸ ਤੋਂ ਬਾਅਦ ਫਿਰ ਮੈਂ ਖੇਤੀਬਾੜੀ ਕਰਨ ਲੱਗ ਪਿਆ। ਉਸ ਤੋਂ ਬਾਅਦ ਮੇਰੇ ਪਿਤਾ ਜੀ ਦੀ ਡੈਥ ਹੋ ਗਈ, ਉਸ ਤੋਂ ਬਾਅਦ ਮੈਂ ਆਪਣੀ ਪੜ੍ਹਾਈ ਦਾ ਛੱਡ ਦਿੱਤੀ ਸੀ। ਫਿਰ ਮੈਂ ਲੰਬੜਦਾਰੀ ਦਾ ਬਾਰੇ ਮੈਨੂੰ ਆਇਆ ਕਿ ਮੈਂ ਲੰਬੜਦਾਰੀ ਲਈ ਅਤੇ ਲੋਕਾਂ ਦੀ ਸੱਚੇ ਢੰਗ ਨਾਲ ਸੇਵਾ ਕੀਤੀ। ਜਿਹੜਾ ਲੋਕਡਾਊਨ ਹੁਣ ਹੋਇਆ ਉਹਦੇ ਵਿੱਚ ਬਹੁਤ ਤੰਗੀ ਦੇ ਦਿਨ ਲੰਘ ਰਹੇ ਆ, ਲੋਕਾਂ ਨੂੰ ਬੜੀਆਂ ਮੁਸ਼ਕਲਾਂ ਆ ਰਹੀ ਆ, ਖਾਣ ਪੀਣ ਦਾ ਬੜੀ ਮੁਸ਼ਕਲ ਆ ਰਹੀ ਆ, ਕੋਈ ਸਮਾਨ ਲਿਆਉਣਾ ਬੜੀ ਕਿਤੇ ਜਾਣਾ ਪਵੇ ਬੜਾ ਮੁਸ਼ਕਲ ਆ, ਬੜੀ ਤੰਗੀ ਆ ਰਹੀ ਆ। ਅਤੇ ਲੋਕਾਂ ਕੋਲ ਜਿਹੜੀ ਆ ਬੈਂਕ ਸੇਵਾਵਾਂ ਵੀ ਆ ਬੜੀਆਂ ਮੁਸ਼ਕਲ ਆ, ਉਹ ਵੀ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਲੋਕਾਂ ਨੂੰ ਤੰਗ ਕਰ ਰਹੇ ਆ। ਮੈਂ ਦੇਖ ਰਿਹਾ ਕਿ ਸਾਡੇ ਸੋਸ਼ਲ ਡਿਸਟੈਂਸ ਦੀ ਬਹੁਤ ਧਜੀਆ ਹੋ ਰਹੀ ਆ, ਲੋਕ ਇੱਕ ਥਾਂ ਇਕੱਠੇ ਹੋ ਰਹੇ, ਪੁਲਿਸ ਮੁਲਾਜ਼ਮ ਵੀ ਜੋ ਡਿਊਟੀ ਕਰ ਰਹੇ ਆ ਉਹ ਵੀ ਇਕੱਠੇ ਖੜ੍ਹੇ ਹੋ ਰਹੇ, ਲੋਕਾਂ ਨੂੰ ਦੱਸ ਰਹੇ ਵੀ ਤੁਸੀਂ ਇਕੱਲੇ ਇਕੱਲੇ ਹੋਵੋ ਪਰ ਆਪ ਉਹ ਫਿਰ ਇਕੱਠੇ ਹੋਏ ਖੜ੍ਹੇ ਹੋ ਰਹੇ ਆ, ਜਿਹਨਾਂ ਬਹੁਤ ਪ੍ਰੋਬਲਮ ਆ ਰਹੀ ਹੈ। ਜਿਵੇਂ ਕਿ ਸਰਕਾਰ ਵੱਲੋਂ ਕੁਝ ਹਦਾਇਤਾਂ ਦਿੱਤੀਆਂ ਗਈਆਂ ਵੀ ਤੁਸੀਂ ਆਪਣਾ ਮੂੰਹ ਢੱਕ ਕੇ ਰੱਖੋ, ਗਰਮ ਪਾਣੀ ਪੀਵੋ, ਹੱਥ ਹਮੇਸ਼ਾ ਧੋ ਕੇ ਸਾਬਣ ਦਾ ਨਾਲ ਜਾਂ ਸੈਨੇਟਾਈਜ਼ਰ, ਉਹ ਜਿਹੜੀ ਸਾਨੂੰ ਨਿਯਮਾਂ ਦੀਆਂ ਪਾਲਣਾ ਕਰਨੀ ਚਾਹੀਦੀ ਆ ਅਤੇ ਆਪਣੇ ਆਪ ਨੂੰ ਸਾਫ਼ ਸੁਥਰਾ ਅਤੇ ਆਸੇ ਪਾਸੇ ਨੂੰ ਵੀ ਸਾਫ਼ ਸੁਥਰਾ ਰੱਖਣਾ ਚਾਹੀਦਾ। ਹੁਣ ਇਸ ਤੋਂ ਬਾਅਦ ਜਿਹੜੇ ਜ਼ਿਮੀਂਦਾਰ ਅੱਜ ਕੱਲ੍ਹ ਬਹੁਤ ਤੰਗੀ ਵਿੱਚ ਆ ਰਿਹਾ ਕਿਉਂਕਿ ਇਹਦੇ ਆ ਲੋਕਡਾਊਨ ਹੋਣ ਦੇ ਨਾਲ ਲੋਕਾਂ ਨੂੰ ਬੜੀਆਂ ਪਰੇਸ਼ਾਨੀਆਂ ਆ ਰਹੀ ਆ, ਲੇਬਰ ਦੀ ਬੜੀ ਪਰੇਸ਼ਾਨੀ ਆ ਰਹੀ ਆ, ਜਿਸ ਤਰ੍ਹਾਂ ਹੁਣ ਝੋਨੇ ਦੀ ਬਿਜਾਈ ਹੋਣੀ ਆ ਇਹਦੇ ਵਾਸਤੇ ਬਹੁਤ ਵੱਡੀ ਸਮੱਸਿਆ ਆ ਰਹੀ ਆ ਲੇਬਰ ਦੀ, ਅਤੇ ਇਹਦੇ ਵਾਸਤੇ ਸਾਨੂੰ ਸਰਕਾਰ ਨੂੰ ਸਾਡੇ ਵੱਲ ਧਿਆਨ ਦੇਣਾ ਚਾਹੀਦਾ। ਜ਼ਿਮੀਂਦਾਰ ਤਾਂ ਅੱਗੇ ਹੀ ਬਹੁਤ ਥੱਲੇ ਲੱਗ ਚੁੱਕਾ ਆ, ਕਰਜ਼ੇ ਲੈ ਲੈ ਕੇ ਕਿੰਨਾ ਚਿਰ ਟਾਈਮ ਪਾਸ ਕਰੂਗਾ, ਅਤੇ ਇਸ ਕਰਕੇ ਸਰਕਾਰ ਨੂੰ ਸਾਡੇ ਵੱਲ ਕੋਈ ਖਾਸ ਜ਼ਿਮੀਂਦਾਰ ਵੱਲ ਧਿਆਨ ਦੇਣਾ ਚਾਹੀਦਾ ਝੋਨੇ ਦੀ ਬਿਜਾਈ ਕਰਨ ਵਾਸਤੇ। ਨਾ ਤਾਂ ਲੇਬਰ ਮਿਲ ਰਹੀ ਆ ਅਤੇ ਨਾ ਹੀ ਸਾਨੂੰ ਕੋਈ ਹੋਰ ਸਹੂਲਤ ਮਿਲ ਰਹੀ ਆ, ਇਸ ਕਰਕੇ ਸਾਡੀ ਗੌਰਮੈਂਟ ਨੂੰ ਸਾਡੇ ਵਾਸਤੇ ਜ਼ਰੂਰ ਜ਼ਿਮੀਂਦਾਰ ਵਾਸਤੇ ਧਿਆਨ ਦੇਣਾ ਚਾਹੀਦਾ ਆ, ਜਿੰਨਾ ਕਿ ਖੇਤੀਬਾੜੀ ਧੰਦਾ ਅੱਗੇ ਵੀ ਚੱਲਦਾ ਰਹੇ, ਲੋਕਾਂ ਨੂੰ ਅਨਾਜ ਖਾਣ ਨੂੰ ਮਿਲੇ ਅਤੇ ਜ਼ਿਮੀਂਦਾਰ ਵੀ ਆਪਣਾ ਢਿੱਡ ਵੀ ਭਰੇ, ਲੋਕਾਂ ਦਾ ਵੀ ਭਰੇ। ਇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਸ ਜ਼ਿਮੀਂਦਾਰ ਨੂੰ ਚੰਗੀ ਤਰ੍ਹਾਂ ਧਿਆਨ ਵਿੱਚ ਰੱਖਿਆ ਜਾਵੇ, ਇਹਨੂੰ ਸਹੂਲਤਾਂ ਦਿੱਤੀਆਂ ਜਾਣ ਅਤੇ ਜਿਹੜਾ ਕਿ ਇਹ ਆਪਣਾ ਕਿੱਤਾ ਜਾਰੀ ਰੱਖੇ।